ਜਗਜੀਤ ਸਿੰਘ ਗਿੱਲ। ਹਾਂਜੀ, ਕੀ ਹੋਇਆ, ਘਟਨਾ ਕੀ ਹੋਈ ਹੈ? ਮੇਰੇ ਛੋਟੇ ਬ੍ਰਦਰ ਦਾ ਰਾਤ ਅਣਪਛਾਤੇ ਬੰਦਿਆਂ ਨੇ ਕਤਲ ਕਰ ਦਿੱਤਾ। ਤੁਹਾਨੂੰ ਕਿਉਂ ਪਤਾ ਲੱਗੇ? ਸਾਨੂੰ ਸਵੇਰੇ ਜਦੋਂ ਜਿਹੜਾ ਬੰਦਾ ਸਾਡੇ ਕਿੱਥੇ ਕਰਿੰਦੇ ਰੱਖੇ ਹੋਏ ਆ, ਉਹ ਜਦੋਂ ਸਵੇਰੇ ਉਹਦੀ ਚਾਹ ਲੈ ਕੇ ਆਇਆ, ਉਹਨੇ ਜਦੋਂ ਦੇਖਿਆ, ਉਹਨੇ ਫਿਰ ਸਾਨੂੰ ਇਨਫੋਰਮੇਸ਼ਨ ਦਿੱਤੀ। ਇਹ ਕੋਈ ਰੰਜਿਸ਼ ਸੀ ਪੁਰਾਣੀ ਜੀ? ਨਹੀਂ, ਕੋਈ ਰੰਜਿਸ਼ ਨਹੀਂ ਸੀ। ਇਹਦਾ ਨਾਮ ਗੁਰਨੈਬ ਸਿੰਘ ਬਰਾੜ। ਹਾਂਜੀ, ਕੀ ਘਟਨਾ ਕੀ ਹੋਈ? ਘਟਨਾ ਤਾਂ ਸਵੇਰੇ ਸਾਨੂੰ ਫੋਨ ਆਇਆ ਸੀ ਮੋਗੇ ਤੋਂ ਵੀ ਐਂ ਕਰਕੇ ਨਹੀਂ, ਮੇਰੇ ਬਦਲਣ ਲਾ ਸੀਗੇ ਹਰਜੀਤ ਸਿੰਘ ਗਿੱਲ ਜੀ, ਵੀ ਐਂ ਕਰਕੇ ਪਿੰਡ ਪੂਲੇ ਦੇ ਵਿੱਚ ਕਿ ਨਹੀਂ ਰਹਿੰਦੇ, ਦੇਖ ਰੇਖ ਕਰਦੇ ਸੀ ਜ਼ਮੀਨ ਦੀ, ਪੜ ਕੇ ਵੀ ਰਾਤ ਉਹਨਾਂ ਦਾ ਕਤਲ ਹੋ ਗਿਆ। ਤੇਜ਼ ਧਾਰਿਆਂ ਉੱਥੇ ਰਣਕ ਨਹੀਂ, ਉਹਨਾਂ ਦੇ ਮੂੰਹ 'ਤੇ ਜ਼ਖਮ ਸੀਗੇ ਵੱਡੇ ਵੱਡੇ, ਤੇਜ਼ ਧਾਰਿਆਂ ਦਾ ਕਤਲ ਹੋ ਗਿਆ। ਸਾਨੂੰ ਪਤਾ ਲੱਗਿਆ ਸਵੇਰੇ, ਅਸੀਂ ਗਏ ਅਤੇ ਬਾਕੀ ਸਾਰਾ ਪਿੰਡ ਕਿ ਨਹੀਂ ਸਾਰੇ ਰਿਸ਼ਤੇਦਾਰਾਂ 'ਚ ਇਕੱਠੇ ਸੀਗੇ, ਅਤੇ ਮੁੜ ਕੇ ਪੁਲਿਸ ਆਈ, ਸ਼ਨਾਖਤ ਕੀਤੀ, ਡੋਗਸ ਕੈਡ ਵੀ ਆਇਆ, ਸਾਰਾ ਕੁਝ ਚੈੱਕ ਕਰਕੇ ਲਾਸ਼ ਸੀ ਪੋਸਟ ਮਾਰਟਮ ਵਾਸਤੇ ਬਿੰਡਾ ਹੋਸਪਿਟਲ ਨੂੰ ਭੇਜੀ ਹੈ। ਹੁਣ ਅਸੀਂ ਇੰਤਜ਼ਾਰ ਕਰਦੇ ਹਾਂ ਪੋਸਟ ਮਾਰਟਮ ਹੋ ਰਿਹਾ ਹੈ, ਅਤੇ ਉਹ ਜਿਹੜੇ ਅਣਪਛਾਤੇ ਬੰਦੇ ਹੈ ਉਹਨਾਂ ਨੂੰ ਟੇਸ ਕਰਕੇ ਪੋਸਟ ਨੂੰ ਕਿਹਾ ਕਿ ਨਹੀਂ, ਤੁਸੀਂ ਛੇਤੀ ਛੇ ਬੰਦੇ ਲੱਭ ਕੇ ਨਹੀਂ ਉਹਨੂੰ ਬੰਦੀ ਸਜ਼ਾ। ਕਿੱਥੋਂ ਦੇ ਰਹਿਣ ਵਾਲੇ ਸੀ ਜੀ? ਉਹ ਸਲਾਹ ਹਰਜੀਤ ਸਿੰਘ ਮੋਗਾ ਸ਼ਹਿਰ ਦੇ ਰਹਿਣ ਵਾਲੇ ਸੀਗੇ, ਔਰ ਨਾਨਕੇ ਜ਼ਮੀਨ ਆਉਂਦੀ ਸੀਗੀ, ਉਹ ਇੱਥੇ ਖੇਤੀ ਕਰਾਉਂਦੇ ਸੀਗੇ, ਅਤੇ ਨਾਲੇ ਉਹਨਾਂ ਦੇ ਇੱਕ ਨੇੜੇ ਇੱਥੇ ਉਹਨਾਂ ਦੀ ਖੇਤੀ ਦੇ ਨਾਲ ਸਹਾਇਤਾ ਕਰਦੇ ਸੀ। ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ, ਜਿਹੜੇ ਬੰਦਿਆਂ ਨੇ ਕਿ ਨਹੀਂ ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀਗਾ, ਕੋਈ ਰੰਜਿਸ਼ ਨਹੀਂ ਸੀਗੀ ਕਿਸੇ ਨਾਲ, ਕੋਈ ਦੁਸ਼ਮਣੀ ਨਹੀਂ ਸੀਗੀ, ਜਿਹੜੀ ਬਣਦੀ ਸਜ਼ਾ ਕਿ ਨਹੀਂ ਜਿਹੜੇ ਹੈਗੇ ਆ, ਇਹ ਜਿਹਨਾਂ ਨੇ ਕਦਰ ਕੀਤਾ ਕਿ ਨਹੀਂ ਉਹਨੂੰ ਛੇਤੀ ਤੋਂ ਛੇਤੀ ਕਿ ਨਹੀਂ ਸੀਕਾਂ ਥੱਲੇ ਯਾਨੀ ਕਿ ਜੇਲ੍ਹ ਦੇ ਵਿੱਚ ਕਿ ਨਹੀਂ ਦੇ ਕੇ ਅਤੇ ਬਣਦੀ ਸਜ਼ਾ ਨਹੀਂ ਰੱਖੀ। ਹਾਂਜੀ ਸਰ, ਕੀ ਪੂਰਾ ਮਾਮਲਾ ਹੈ ਜੀ? ਪਿੰਡ ਫੁੱਲਾ ਵਿਖੇ ਪੁਲਿਸ ਸਟੇਸ਼ਨ ਥਾਣਾ ਵਿੱਚ ਇੱਕ ਡੈੱਡ ਬੋਡੀ ਮਿਲੀ ਸੁਬਹ, ਹਰਜੀਤ ਸਿੰਘ ਕਰੀਬ 60 ਸਾਲ ਦੇ ਕਰੀਬ ਇਹਦੀ ਏਜ ਆ, ਔਰ ਇਹਨੂੰ ਤੇਜ਼ ਹਥਿਆਰਾਂ ਨਾਲ ਇਹਦਾ ਮਰਡਰ ਕੀਤਾ ਗਿਆ, ਔਰ ਇਹ ਬੇਸਿਕਲੀ ਰਹਿਣ ਵਾਲੇ ਮੋਗੇ ਦੇ ਸੀ, ਅਤੇ ਇਹਦਾ ਜਿਹੜਾ ਨਾਨਕਾ ਪਿੰਡ ਸੀਗਾ ਇਹ ਫੁੱਲਾ ਸੀਗਾ, ਸੋ ਉਹਦੇ ਘਰਦੇ ਵਾਰਸਾਂ ਨੇ ਇਤਲਾਹ ਦਿੱਤੀ, ਉਹਦੇ ਮੁਤਾਬਕ ਪੁਲਿਸ ਪਾਰਟੀ ਗਈ ਜਾ ਕੇ ਸਾਰਾ ਚੈੱਕ ਕਰਕੇ ਉਹਨਾਂ ਦੇ ਬੈਨਾਂ 'ਤੇ FIR ਲਾਂਚ ਕਰ ਰਹੇ, ਔਰ ਇਨਵੈਸਟੀਗੇਸ਼ਨ 3-4 ਪਹਿਲੂਆਂ 'ਤੇ ਕਰ ਰਹੇ, ਜੋ ਵੀ ਸੱਚਾਈ ਸਾਹਮਣੇ ਆਊਗੀ ਉਹਦੇ ਮੁਤਾਬਕ ਕਰ ਰਹੇ।